ਐਸਾ ਹੈ ਕਿ ਮੈਂ ਪ੍ਰਵਕਤਾ ਦੱਸੇਗਾ ਨਾ ਪਾਰਟੀ ਦਾ, ਮੈਂ ਤੁਹਾਨੂੰ ਦੱਸਤਾ ਪਹਿਲਾਂ ਕਿ ਸੰਗਠਨਾਤਮਕ ਬੈਠਕ ਹੈ ਔਰ ਉਹਦੇ ਅੰਦਰ ਜਦੋਂ ਪਾਰਟੀ ਦੇ ਜਨਰਲ ਸੈਕਟਰੀ ਕਿਸੇ ਜ਼ਿਲ੍ਹੇ 'ਚ ਜਾਂਦੇ ਨੇ ਉਸ ਤੋਂ ਬਾਅਦ ਪ੍ਰੈਜੀਡੈਂਟ ਨੇ ਆਉਣਾ ਹੁੰਦਾ ਹੈ ਕਿ ਰੂਟੀਨ ਬੈਠਕ। ਸਰ ਕਿਸਾਨੀ ਮੁੱਦਾ ਲੰਬੇ ਸਮੇਂ ਤੋਂ ਚੱਲ ਰਿਹਾ, ਕਿਸਾਨ ਵੀ 500 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਨੇ, ਤੁਹਾਡੇ ਵੱਲੋਂ ਵੀ ਔਫਰਾਂ ਦਿੱਤੀਆਂ ਜਾ ਰਹੀਆਂ ਕਿ ਮੀਟਿੰਗ ਦਾ ਹੱਲ ਕੀਤਾ ਜਾਵੇ, ਪਰ ਹੱਲ ਕਿਉਂ ਨਹੀਂ ਹੋ ਰਿਹਾ ਜੀ? ਐਸਾ ਕਿ ਜਦੋਂ ਕੇਂਦਰ ਦੀ ਸਰਕਾਰ ਨੇ 11 ਵਾਰ ਗੱਲਬਾਤ ਕਰ ਲਈ, ਗੱਲਬਾਤ ਤੋਂ ਬਾਅਦ ਇਹ ਪ੍ਰਪੋਜ਼ਲ ਦੇ ਦਿੱਤਾ ਕਿ 2 ਸਾਲ ਲਈ ਇਹ ਕਾਨੂੰਨ ਜਿਹੜੇ ਅਸੀਂ ਲਾਗੂ ਨਹੀਂ ਕਰਾਂਗੇ ਔਰ ਇੱਕ 5-ਮੈਂਬਰੀ ਕਮੇਟੀ ਬਣਾਵਾਂਗੇ, ਕਮੇਟੀ ਤੋਂ ਜਦੋਂ ਜੋ ਨਿਰਣੇ ਹੋਏਗਾ ਉਸ ਤੋਂ ਬਾਅਦ ਕਾਨੂੰਨ ਲਾਗੂ ਹੋਣਗੇ। ਉਲਟਾ ਸਵਾਲ ਹੈ ਕਿ ਉਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਅੰਦੋਲਨ ਸਮਾਪਤ ਨਹੀਂ ਹੁੰਦੇ ਜੀ, ਕਿ ਮਨਸ਼ਾ ਕੀ ਲੱਗਦੀ ਹੈ ਜੀ ਪਿੱਛੇ? ਇਹਦੇ ਪਿੱਛੇ ਪੋਲੀਟੀਕਲ ਮਨਸ਼ਾ, ਪੋਲੀਟੀਕਲ ਲੋਕਾਂ ਨੂੰ ਲੱਗਦਾ ਕਿ 2022 ਦਾ ਚੋਣਾਂ ਨੂੰ ਧਿਆਨ 'ਚ ਰੱਖ ਕੇ ਸਾਰਾ ਖੇਲ ਖੇਲਿਆ ਜਾ ਰਿਹਾ, ਜਦ ਕੋਈ ਕਾਨੂੰਨ ਲਾਗੂ ਹੀ ਨਹੀਂ ਹੋਣਾ ਔਰ ਕਮੇਟੀ ਬਣਨੀ ਹੈ ਉਸ ਤੋਂ ਬਾਅਦ ਤੈਅ ਹੋਣਾ, ਫਿਰ ਅੰਦੋਲਨ ਕਿਉਂ? ਆਖਿਰ ਕੌਣ ਲੋਕ ਨੇ ਜਿਹੜੇ ਉਸ ਅੰਦੋਲਨ ਨੂੰ ਸ਼ਹਿ ਦੇ ਰਹੇ ਨੇ? ਕੀ ਕਾਰਨ ਹੈ ਕਿ ਉਹ ਅੰਦੋਲਨ ਕਿਉਂ ਨਹੀਂ ਸਮਾਪਤ ਹੋ ਰਿਹਾ? ਸਰ ਤੁਹਾਡੇ ਵੱਲੋਂ ਜਦੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਦਫ਼ਤਰਾਂ ਦੇ ਵਿੱਚ, ਤਾਂ ਵਿਰੋਧ ਕਿਉਂ ਕਰ ਰਹੇ, ਕਿਸਾਨ ਕਰ ਰਹੇ ਜਾਂ ਹੋਰ ਕੋਈ ਵਿਰੋਧ ਕਰ ਰਿਹਾ ਜੀ? ਇਹ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਜਿਹੜੀ ਹੈ ਚਰਮਰਾਈ ਹੋਈ ਹੈ, ਬਿਨਾਂ ਪ੍ਰਸ਼ਾਸਨ ਦੀ ਬਿਨਾਂ ਸਰਕਾਰ ਦੀ ਸ਼ਾਇਦ ਇੱਦਾਂ ਹੋ ਸਕਦਾ? ਜਿਹੜਾ ਸੰਵਿਧਾਨ ਉਹਨਾਂ ਨੂੰ ਅੰਦੋਲਨ ਕਰਨ ਦੀ ਇਜਾਜ਼ਤ ਦਿੰਦਾ, ਉਹੀ ਸੰਵਿਧਾਨ ਮੈਨੂੰ ਮੇਰੀ ਪਾਰਟੀ ਦੀਆਂ ਮੀਟਿੰਗਾਂ ਕਰਨ ਦੀ ਇਜਾਜ਼ਤ ਦਿੰਦਾ। ਇਹ ਦੋਹਰੇ ਦੋ ਮਾਪਦੰਡ ਨਹੀਂ ਹੋ ਸਕਦੇ, ਨਾਦਰਸ਼ਾਹੀ ਥੋੜ੍ਹੀ ਹੈ ਕੋਈ, ਲੋਕਤੰਤਰ ਹੈ। ਲੋਕਤੰਤਰ 'ਚ ਜਨਤਾ ਨੇ ਤੈਅ ਕਰਨਾ ਕਿ ਕਿਹਦਾ ਪਕਸ਼ ਠੀਕ ਹੈ, ਕਿਹਦਾ ਪਕਸ਼ ਗਲਤ ਹੈ। ਕੋਈ ਐਮਰਜੈਂਸੀ ਥੋੜ੍ਹੀ ਹੈ ਕਿ ਬੀਜੇਪੀ ਬੋਲ ਨਹੀਂ ਸਕਦੀ, ਬੀਜੇਪੀ ਆਪਣਾ ਵਿਚਾਰ ਨਹੀਂ ਰੱਖ ਸਕਦੀ। ਇਹਦਾ ਮਤਲਬ ਤੁਸੀਂ ਲੋਕਾਂ ਤੱਕ ਜਾਣ ਤੋਂ ਕਿਉਂ ਰੋਕਣਾ ਚਾਹੁੰਦੇ ਹੋ? ਕਿਹਦਾ ਡਰ ਹੈ ਫਿਰ ਤੁਹਾਨੂੰ? ਸਾਨੂੰ ਆਪਣਾ ਪਕਸ਼ ਰੱਖਣ ਦਿਓ ਨਾ, ਤੁਸੀਂ ਆਪਣਾ ਪਕਸ਼ ਰੱਖੋ, ਲੋਕ ਆਪੇ ਤੈਅ ਕਰ ਦੇਣਗੇ ਕਿ ਕਿਹੜਾ ਪੱਖੀ ਦਾ ਠੀਕ ਹੈ ਅਤੇ ਕਿਹੜਾ ਗਲਤ ਹੈ। ਨੂੰ ਕਿਹਾ ਗਿਆ ਕਿ ਹੁਣ ਭਾਜਪਾ ਪਿੰਡਾਂ ਦੇ ਵਿੱਚ ਵੋਟ ਲੈਣ ਵਾਸਤੇ ਨਹੀਂ ਜਾ ਸਕਦੀ। ਅਰੇ ਕਹਿਣ ਨਾਲ ਕੀ ਹੈਗਾ, ਕਹਿਣ ਨਾਲ ਕੁਛ ਨਹੀਂ ਹੁੰਦਾ। ਇਹ ਇੱਕ ਰਾਜਨੀਤਿਕ ਬੀਜੇਪੀ ਤੋਂ ਘਬਰਾਹਟ ਹੈ ਸਭ ਨੂੰ, ਬੀਜੇਪੀ ਨੂੰ ਰੋਕੋ। ਇੱਕ ਪਾਸੇ ਕਹਿੰਦੇ ਤੁਹਾਡੇ ਪੱਲੇ ਕੀ ਹੈ, ਦੂਜੇ ਪਾਸੇ ਰੋਕਦੇ ਕਿਉਂ ਪਏ ਹੋ? ਆਪੇ ਪੰਜਾਬ ਦੀ ਜਨਤਾ, ਪੰਜਾਬ ਦਾ ਦਲਿਤ, ਪੰਜਾਬ ਦਾ ਮਜ਼ਦੂਰ, ਪੰਜਾਬ ਦਾ ਕਿਸਾਨ, ਪੰਜਾਬ ਦਾ OBC, ਸਭ ਪੰਜਾਬੀ ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਰਹੇ ਨੇ। ਸਰ 2022 ਦੀ ਫਿਰ ਕੀ ਤਿਆਰੀ ਕੀਤੀ ਗਈ ਭਾਜਪਾ ਵੱਲੋਂ? ਐਸਾ ਤਿਆਰੀ ਮੀਡੀਆ 'ਚ ਨਹੀਂ ਦੱਸੀ ਜਾਂਦੀ, ਬਹੁਤ ਬਹੁਤ ਜੋਸ਼ੀ ਸਾਹਿਬ ਭਾਜਪਾ ਆਪਣੇ ਹੀ ਪਾਰਟੀ ਦੇ ਉੱਤੇ ਸਵਾਲ ਚੁੱਕ ਰਹੇ। ਉਹਨਾਂ ਨੂੰ ਕਿਹਾ ਗਿਆ ਕਿ ਮੈਂ ਦਿੱਲੀ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਕਿਹਾ ਕਿ ਜਿਹੜੇ ਕਿਸਾਨੀ ਜਿਹੜੇ ਬਿੱਲ ਬਣਾਏ ਗਏ ਨੇ ਕਿਤੇ ਨਾ ਕਿਤੇ ਚੇਂਜ ਹੀ ਕੀਤੀ ਜਾਵੇ ਉਹਨਾਂ ਦੇ ਵਿੱਚ। ਐਸਾ ਮੇਰਾ ਕੇਵਲ ਉਹਨਾਂ ਨੂੰ ਇਹ ਕਹਿਣਾ, ਸੀਨੀਅਰ ਨੇਤਾ ਨੇ ਸਮਾਚਾਰ ਪੱਤਰਾਂ ਦੇ ਦੁਆਰਾ ਮਾਧਿਅਮ ਨਾਲ ਗੱਲ ਨਾ ਕਰਕੇ ਪਾਰਟੀ ਪਲੇਟਫਾਰਮ 'ਤੇ ਆਪਣੀ ਗੱਲ ਰੱਖਣ।